एक मां ने एलियन वर्गे बच्चे नूं दित्ता जन्म। डॉक्टर देवी उड़ गए होश, देखो पूरा वीडियो। ਤਾਂ ਇੱਕ ਮਾਂ ਦੇ ਲਈ ਦੁਨੀਆ ਦੇ ਵਿੱਚ ਉਸਦਾ ਬੱਚਾ ਸਭ ਤੋਂ ਖੂਬਸੂਰਤ ਹੁੰਦਾ ਹੈ ਅਤੇ ਮਾਂ ਦੇ ਲਈ ਇੱਕ ਬੱਚਾ ਦੁਨੀਆ ਦੇ ਵਿੱਚ ਉਸਦੇ ਲਈ ਸਭ ਕੁਝ ਹੁੰਦਾ ਹੈ। ਪਰ ਉਸ ਵਕਤ ਮਾਂ ਦਾ ਦਿਲ ਦੁਖਦਾ ਹੈ ਜਦੋਂ ਇੱਕ ਮਾਂ 9 ਮਹੀਨੇ ਕੁੱਖ ਦੇ ਵਿੱਚ ਇੱਕ ਬੱਚੇ ਨੂੰ ਪਾਲਦੀ ਹੈ, ਉਸ ਨੂੰ ਗੋਦ ਦੇ ਵਿੱਚ ਹੋਣ ਦਾ ਮਹਿਸੂਸ ਕਰਦੀ ਹੈ, ਉਹ ਸਾਰੇ ਪਲਾਂ ਨੂੰ ਜਦੋਂ ਮਹਿਸੂਸ ਕਰਦੀ ਹੈ, ਅੰਤ ਦੇ ਵਿੱਚ ਜਦੋਂ ਬੱਚਾ ਉਸਦੀ ਆਖਰ ਗੋਦ ਦੇ ਵਿੱਚ ਆ ਜਾਂਦਾ ਹੈ ਜਾਂ ਕੋਈ ਬੱਚਾ ਅਸਮਰਥ ਹੁੰਦਾ ਹੈ ਕਿਸੇ ਚੀਜ਼ ਨੂੰ ਲੈ ਕੇ, ਤਾਂ ਮਾਂ ਦਾ ਦਿਲ ਜਿਹੜਾ ਆ ਜਾਂ ਮਾਂ ਦਾ ਹਿਰਦਾ ਜਿਹੜਾ ਉਸ ਵਕਤ ਜ਼ਿਆਦਾ ਦੁਖੀ ਹੁੰਦਾ ਹੈ। ਤਾਂ ਇਸ ਵਕਤ ਸੋਸ਼ਲ ਮੀਡੀਆ ਦੇ ਉੱਤੇ ਅਜਿਹਾ ਹੀ ਇੱਕ ਮਾਮਲਾ ਵਾਇਰਲ ਹੁੰਦਾ ਹੋਇਆ ਨਜ਼ਰ ਆ ਰਿਹਾ। ਦਰਅਸਲ ਇੱਕ ਵੀਡੀਓ ਜਿਹੜੀ ਹੈ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ, ਜਿੱਥੇ ਕਿ ਇੱਕ ਮਾਂ ਨੇ एलियन वर्गे बच्चे नूं जन्म दिता है। जब कोई भी व्यक्ति इस वीडियो नूं देखता है तो वह भी हैरान हो जाता है कि आखिरकार ये बच्चे जो जन्म होया इस बच्चे का आखिरकार किवें दा, क्योंकि देखने दे विच ये एलियन की तरह लग रहा है। इसके नक्क अखां ते बुल जिहड़े ने काफ़ी लाल दिखाई दे रहे हैं, जो बच्चे की स्किन है वह काफ़ी ज़्यादा अजीब किस्म की दिखाई दे रही है। तो डॉक्टर भी इस बच्चे नूं देख के हैरान हो जाते हैं। हुण ये वीडियो लगातार सोशल मीडिया से वायरल होता हुआ नज़र आ रहा है। आखिरकार हुण जानते हैं कि आखिरकार इस बच्चे की स्किन इस तरह के नाल क्यों है, आखिरकार ये बच्चे नूं की दिक्कत है। ਤਾਂ ਸ਼ੇਅਰ ਕੀਤੀ ਇਸ ਵੀਡੀਓ ਦੇ ਵਿੱਚ ਬਹੁਤ ਹੀ ਅਜੀਬ ਬੱਚਾ ਦੇਖਿਆ ਜਾ ਸਕਦਾ ਹੈ। ਇਸ ਬੱਚੇ ਦੀਆਂ ਅੱਖਾਂ ਅਤੇ ਬੁੱਲ ਬਹੁਤ ਲਾਲ ਲੱਗ ਰਹੇ ਹਨ, ਉਸਦੀ ਸਕਿਨ 'ਤੇ ਇੱਕ ਚੀਰ ਦਿਖਾਈ ਦੇ ਰਹੀ ਹੈ, ਇੰਝ ਲੱਗ ਰਿਹਾ ਕਿ ਜਿਵੇਂ ਇਹ ਬੱਚਾ ਸੀਮੈਂਟ ਦਾ ਬਣਿਆ ਹੋਵੇ ਅਤੇ ਇਸ ਵਿੱਚ ਦਰਾੜ ਹੋਵੇ। ਬੱਚੇ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ ਅਤੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ ਅਤੇ ਹੁਣ ਇਹ ਤੇਜ਼ੀ ਦੇ ਨਾਲ ਕਾਫ਼ੀ ਵਾਇਰਲ ਹੁੰਦੀ ਹੋਈ ਦੇਖੀ ਜਾ ਸਕਦੀ ਹੈ। ਤਾਂ ਦੱਸਿਆ ਜਾ ਰਿਹਾ ਕਿ ਵੀਡੀਓ 'ਚ ਨਜ਼ਰ ਆ ਰਿਹਾ ਬੱਚਾ ਏਲੀਅਨ ਵਰਗਾ ਲੱਗ ਰਿਹਾ ਹੈ, ਉਸਦੇ ਸਾਰੇ ਸਰੀਰ ਦੇ ਵਿੱਚ ਕ੍ਰੈਕ ਦਿਖਾਈ ਦੇ ਰਹੇ ਹਨ ਅਤੇ ਉਸਦੀਆਂ ਅੱਖਾਂ ਅਤੇ ਬੁੱਲ ਲਾਲ ਸਨ। ਡਾਕਟਰੀ ਤੌਰ 'ਤੇ ਗੱਲ ਕਰੀਏ ਤਾਂ ਇਹ ਬੱਚਾ ਦੁਰਲੱਭ ਸਥਿਤੀ ਤੋਂ ਪੀੜਤ ਹੈ, ਜਿਸ ਜੈਨੈਟਿਕ ਡਿਸਆਰਡਰ ਵਿੱਚ ਬੱਚੇ ਦੀ ਸਕਿਨ ਪ੍ਰਭਾਵਿਤ ਹੁੰਦੀ ਹੈ, ਜਿਸ ਦਾ ਸ਼ਿਕਾਰ ਹੋਣ ਵਾਲੇ ਬੱਚੇ ਸਮੇਂ ਤੋਂ ਪਹਿਲਾਂ ਪੈਦਾ ਹੋ ਜਾਂਦੇ ਹਨ। ਨਾਲ ਹੀ ਉਹਨਾਂ ਦੀ ਸਕਿਨ ਮੋਟੀ ਹੁੰਦੀ ਹੈ ਅਤੇ ਇਹ ਇੱਕ ਕ੍ਰੈਕ ਵਰਗਾ ਹੁੰਦਾ ਹੈ। ਅਜਿਹੇ ਬੱਚਿਆਂ ਦੀ ਸਕਿਨ ਨੂੰ ਲਗਾਤਾਰ ਨਮੀ ਦੀ ਲੋੜ ਹੁੰਦੀ ਹੈ। ਤਾਂ ਹੁਣ ਇਹ ਵੀਡੀਓ ਨੂੰ ਦੇਖਦੇ ਹੋਏ ਦੱਸ ਦਈਏ ਕਿ ਅਜਿਹੇ ਮਾਮਲੇ ਜਿਹੜੇ ਆ ਕਾਫ਼ੀ ਘੱਟ ਹਨ। ਅਜਿਹੇ ਬਰਥ ਡਿਫੈਕਟ ਵਾਲੇ ਬੱਚਿਆਂ ਨੂੰ ਕਈ ਜਗ੍ਹਾ 'ਤੇ ਰੱਬ ਸਮਝ ਕੇ ਪੂਜਿਆ ਜਾਂਦਾ ਹੈ ਅਤੇ ਕਈ ਥਾਈਂ ਇਹਨਾਂ ਨੂੰ ਸ਼ੈਤਾਨ ਸਮਝ ਕੇ। ਤਾਂ ਸੋਸ਼ਲ ਮੀਡੀਆ 'ਤੇ ਜੋ ਲਗਾਤਾਰ ਇਹ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਲੱਖਾਂ ਲੋਕਾਂ ਦੇ ਵੱਲੋਂ ਇਸ ਵੀਡੀਓ ਨੂੰ ਦੇਖਿਆ ਗਿਆ ਅਤੇ ਹਰ ਕੋਈ ਵਿਅਕਤੀ ਜਿਹੜਾ ਆ ਇਸ ਬੱਚੇ ਨੂੰ ਦੇਖ ਕੇ ਜਾਂ ਇਸ ਵੀਡੀਓ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਹੈ ਕਿ ਆਖਿਰਕਾਰ ਇਹ ਬੱਚਾ ਕਿਵੇਂ ਦਾ, ਕਿਉਂਕਿ ਦੱਸਿਆ ਜਾ ਰਿਹਾ ਕਿ ਇਸਦੀ ਹੂਬਹੂ ਸ਼ਕਲ ਜਿਹੜੀ ਆ ਏਲੀਅਨ ਦੀ ਤਰ੍ਹਾਂ ਲੱਗਦੀ ਪਈ ਹੈ। ਦਰਅਸਲ ਇਹ ਜਨਮ ਤੋਂ ਹੀ ਦੁਰਲੱਭ ਬੱਚਾ ਹੈ ਅਤੇ ਇਸਨੂੰ ਜ਼ਿਆਦਾਤਰ ਨਮੀ ਦੀ ਲੋੜ ਰਹਿੰਦੀ ਹੈ ਅਜਿਹੇ ਬੱਚਿਆਂ ਨੂੰ, ਅਤੇ ਇਹ ਸਮੇਂ ਤੋਂ ਪਹਿਲਾਂ ਹੀ ਪੈਦਾ ਹੋ ਜਾਂਦੇ ਨੇ। ਤਾਂ ਅਜਿਹੀ ਸਥਿਤੀ ਦੇ ਵਿੱਚ ਇਹ ਬੱਚਾ ਪੈਦਾ ਹੋਇਆ ਅਤੇ ਇਸ ਬੱਚੇ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਹੋ ਜਾਂਦੇ ਨੇ ਅਤੇ ਅਜਿਹੇ ਮਾਮਲੇ ਜਿਹੜੇ ਆ ਦੁਨੀਆ ਦੇ ਉੱਤੇ ਬਹੁਤ ਹੀ ਜ਼ਿਆਦਾ ਘੱਟ ਦੇਖਣ ਨੂੰ ਮਿਲਦੇ ਨੇ। ਤਾਂ ਇਹ ਵੀਡੀਓ ਜੋ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਇਸ ਵੀਡੀਓ ਨੂੰ ਦੇਖ ਕੇ ਲੋਕ ਦੱਸ ਰਹੇ ਨੇ ਕਿ ਕਈ ਜਗ੍ਹਾ 'ਤੇ ਅਜਿਹੇ ਬੱਚਿਆਂ ਨੂੰ ਰੱਬ ਸਮਝ ਕੇ ਪੂਜਿਆ ਜਾਂਦਾ ਹੈ ਅਤੇ ਕਈ ਜਗ੍ਹਾ 'ਤੇ ਇਸ ਨੂੰ ਸ਼ੈਤਾਨ ਸਮਝ ਕੇ। ਪਰ ਦੱਸ ਦਈਏ ਕਿ ਇੱਕ ਮਾਂ ਦਾ ਦਿਲ ਉਸ ਵਕਤ ਬਹੁਤ ਜ਼ਿਆਦਾ ਦੁਖਦਾ ਹੈ ਜਦ ਉਸਦੇ ਬੱਚੇ ਨੂੰ ਕੁਝ ਹੁੰਦਾ ਹੈ। ਤਾਂ 9 ਮਹੀਨੇ ਆਪਣੀ ਕੁੱਖ ਦੇ ਵਿੱਚ ਇਸ ਬੱਚੇ ਨੂੰ ਪਾਲਿਆ, ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਜਿਸ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ ਉਹ ਬੱਚਾ ਅਜਿਹਾ ਹੋਵੇਗਾ। ਤਾਂ ਇਸਦਾ ਸਰੀਰ ਵੀ ਕਾਫ਼ੀ ਵੱਖਰਾ ਦਿਖਾਈ ਦੇ ਰਿਹਾ, ਸਕਿਨ ਵੀ ਕਾਫ਼ੀ ਵੱਖਰੀ ਦਿਖਾਈ ਦੇ ਰਹੀ ਹੈ ਅਤੇ ਅਜਿਹੇ ਬੱਚਿਆਂ ਨੂੰ ਨਮੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਇੱਕ ਵਾਰ ਮੌਕੇ ਦੀਆਂ ਤਸਵੀਰਾਂ ਦੇਖ ਲੈਂਦੇ ਹਾਂ ਕਿ ਆਖਿਰਕਾਰ ਕਿਹੋ ਜਿਹਾ ਬੱਚਾ ਹੈ ਅਤੇ ਡਾਕਟਰ ਕੀ ਕੁਝ ਕਹਿ ਰਹੇ ਨੇ। A to Z ਸਮੱਸਿਆ ਦਾ ਸਮਾਧਾਨ ਮੀਆਂ ਕਰੀਮ ਖਾਂ। ਕਾਲ ਜਾਂ ਵਟਸਐਪ ਕਰੋ 99 150 90 403। ਕਿਸੇ ਵੀ ਤਰ੍ਹਾਂ ਦਾ ਹੋਵੇ ਕੰਮ, 11 ਘੰਟਿਆਂ 'ਚ ਫਟਾਫਟ 101% ਸਮਾਧਾਨ, ਗਰੰਟੀ ਕਾਰਡ ਦੇ ਨਾਲ। ਕਾਲੇ ਇਲਮ ਦੀ ਕਾਟ ਸਾਡੇ ਕੋਲ, ਪਤੀ ਪਤਨੀ ਅਤੇ ਪ੍ਰੇਮੀ ਪ੍ਰੇਮਿਕਾ ਵਸ 'ਚ ਕਰਵਾਓ। ਕੀਤਾ ਕਰਾਇਆ, ਜਾਦੂ ਟੋਣਾ, ਮਨਚਾਇਆ ਪਿਆਰ, ਵਸ਼ੀਕਰਨ, ਮੁੱਠਕਰਨੀ ਕਰਵਾਓ ਜਾਂ ਤੁੜਵਾਓ। ਨੌਕਰੀ ਕਾਰੋਬਾਰ 'ਚ ਰੁਕਾਵਟਾਂ, ਸੋਤਨ ਦੁਸ਼ਮਣ ਤੋਂ ਛੁਟਕਾਰਾ, ਘਰ 'ਚ ਖੂਨ ਦੇ ਛਿੱਟੇ ਆਉਣੇ, ਬੱਚਿਆਂ ਦਾ ਪੜ੍ਹਾਈ 'ਚ ਮਨ ਨਾ ਲੱਗਣਾ, ਪ੍ਰੇਮੀ ਪ੍ਰੇਮਿਕਾ ਦਾ 100% ਵਸ਼ੀਕਰਨ ਕਰਵਾਓ। ਘਰ ਬੈਠੇ ਹਰ ਸਮੱਸਿਆ ਦਾ ਸਮਾਧਾਨ ਸਿਰਫ 11 ਘੰਟਿਆਂ 'ਚ।